ਜਿਹਨੂੰ ਸਾਧ ਸੰਗਤ ਸਾਕਤ ਕਿਹਾ ਜਾਂਦਾ ਨਾ, ਸਾਕਤ ਦਾ ਮਤਲਬ ਹੁੰਦਾ ਹੈ ਜਿਹੜਾ ਸ਼ਕਤੀ ਦੀ ਪੂਜਾ ਕਰਦਾ ਹੈ। ਹੁਣ ਜਿਹੜੀ ਸ਼ਕਤੀ ਹੈ ਸਭ ਤੋਂ ਸ੍ਰੇਸ਼ਟ ਉਹ ਤੇ ਵਾਹਿਗੁਰੂ ਹੀ ਹੈ, ਪਰ ਸਾਧ ਸੰਗਤ ਇੱਕ ਹੁੰਦੀ ਹੈ ਬਦੀ, ਬਦੀ ਦੀ ਸ਼ਕਤੀ, ਜਿਵੇਂ ਬਦੀ ਦੀ ਆਰਾਧਨਾ ਕਰਨੀ, ਬਦੀ ਵਾਲੇ ਕੰਮ ਕਰਨੇ, ਇਹਦਾ ਮਤਲਬ ਸਾਕਤ ਹੁੰਦਾ ਹੈ ਜਿਹੜਾ ਸ਼ਕਤੀ ਦਾ ਪੁਜਾਰੀ ਹੈ। ਸ਼ਕਤੀਆਂ ਬਹੁਤ ਨੇ, ਬਦੀ ਵੀ ਆਪਣੇ ਆਪ ਵਿੱਚ ਬੜੀ ਤਾਕਤ ਰੱਖਦੀ ਹੈ। ਵੇਖੋ ਜੇ ਦਿਨ ਵਿੱਚ, ਦਿਨ ਦੇ ਉਜਾਲੇ ਵਿੱਚ, ਦਿਨ ਦੀ ਰੋਸ਼ਨੀ ਵਿੱਚ ਤਾਕਤ ਹੈ, ਤੇ ਰਾਤ ਦੀ ਜਿਹੜਾ ਹਨੇਰਾ ਉਹਦੇ ਵਿੱਚ ਵੀ ਤਾਕਤ ਹੈ, ਉਹ ਬਦੀ ਦੀ ਨਿਸ਼ਾਨੀ ਹੈ। ਇਸ ਤਰ੍ਹਾਂ ਬਦੀ ਦੇ ਵਿੱਚ ਵੀ ਤਾਕਤ ਹੁੰਦੀ ਹੈ। ਜ਼ਮਾਨਾ ਜਿਹੜਾ ਹੈ ਨਾ ਸੰਸਾਰ, ਇਹ ਬਦੀ ਦੀ, ਬਦੀ ਦਾ ਵੀ ਪੁਜਾਰੀ ਰਿਹਾ ਹੈ ਸ਼ੁਰੂ ਤੋਂ, ਆਦਿ ਕਾਲ ਤੋਂ। ਔਰ ਸੰਸਾਰ ਦੋਵਾਂ ਧਰਾਵਾਂ ਦੇ ਵਿੱਚ ਚੱਲਦਾ ਹੈ, ਨੇਕੀ ਦੇ ਬਦੀ ਸਾਧ ਸੰਗਤ ਇੱਕ ਦੂਜੇ ਦੇ ਪੈਰਲਰ ਚੱਲਦੀਆਂ ਨੇ। ਹਮੇਸ਼ਾ ਜਿਹੜੀ ਜਿੱਤ ਹੁੰਦੀ ਹੈ ਉਹ ਨੇਕੀ ਦੀ ਹੁੰਦੀ ਹੈ, ਭਲਿਆਈ ਦੀ ਹੁੰਦੀ ਹੈ, ਬਦੀ ਦੀ ਕਦੇ ਜਿੱਤ ਨਹੀਂ ਹੁੰਦੀ। ਬਦੀ ਜ਼ੋਰ ਬਹੁਤ ਲਾਉਂਦੀ ਹੈ, ਔਰ ਬਦੀ ਦੇ ਪੁਜਾਰੀ ਵੀ ਬੜੇ ਨੇ, ਮਤਲਬ ਸ਼ਕਤੀ ਦੇ ਪੁਜਾਰੀ। ਇਹ ਭੈੜੀ ਸ਼ਕਤੀ ਹੁੰਦੀ ਹੈ, ਉਹਦਾ ਪੂਜਾ ਕਰਨੀ, ਜਿਵੇਂ ਹੁਣ ਤੇ ਕਰੋਨੇ ਕਰਕੇ ਅਖਬਾਰਾਂ ਬੰਦ ਨੇ, ਪਰ ਆਪ ਵੇਖੋ ਜਿਹੜੀਆਂ ਪੰਜਾਬੀ ਦੀਆਂ ਅਖਬਾਰਾਂ ਕੈਨੇਡਾ ਤੇ ਜਾਂ ਇੱਥੇ ਅਮਰੀਕਾ ਦੇ ਵਿੱਚ ਛਪਦੀਆਂ ਹਨ, ਉਹਨਾਂ ਵਿੱਚ ਕੁਝ ਅਖਬਾਰਾਂ ਨੂੰ ਛੱਡ ਕੇ ਬਹੁਤੀਆਂ ਅਖਬਾਰਾਂ 'ਚ ਜ਼ਿਕਰ ਇਸ ਗੱਲ ਦਾ ਕਿ ਪੰਡਿਤ ਜੀ ਮਹਾਰਾਜ ਉਹਨਾਂ ਕੋਲੋਂ 5 ਮਿੰਟ ਵਿੱਚ ਕੰਮ ਕਰਾਓ, ਆਪਣਾ ਮੁੱਲਾ ਜੀ ਪੰਡਿਤ ਜੀ ਬੜੇ ਸਿਆਣੇ, ਬੜੇ ਦਾਨਿਸ਼ਮੰਦ, ਵੀ ਰੋਗ ਵੀ ਠੀਕ ਕਰ ਦਿੰਦੇ ਨੇ। ਤੁਸੀਂ ਇੱਕ ਵਾਰ ਅਜਮਾ ਕੇ ਦੇਖੋ। ਸਾਧ ਸੰਗਤ ਜਿਹੜੇ ਅੰਗਰੇਜ਼ੀ ਦੇ ਪੇਪਰ ਨੇ ਜਾਂ ਮੇਰਾ ਖਿਆਲ ਉਰਦੂ ਦਾ ਪੇਪਰ ਵੀ ਵਿਰਲੇ ਵਿਰਲੇ ਕਿਤੇ ਜੋ ਛਪਦੇ ਨੇ, ਹੁਣ ਤੇ ਛਪਣੋਂ ਹਟ ਗਏ, ਕਿਉਂਕਿ ਜਿਹੜੇ ਇਹ ਜਿਹੜੀਆਂ ਭਾਸ਼ਾਵਾਂ ਨੇ ਫਾਰਸੀ, ਅਰਬੀ, ਉਰਦੂ, ਇਹਦੇ ਤੇ ਪੰਜਾਬੀ 'ਚ ਪੇਪਰ, ਪੰਜਾਬ ਵਿੱਚ ਪੇਪਰ ਛਪਣੋਂ ਹਟ ਗਏ, ਕਿਉਂਕਿ ਉੱਧਰ ਧਿਆਨ ਘੱਟ ਹੈ, ਉਹ ਭਾਸ਼ਾ ਹੁਣ ਬਹੁਤ ਪਿੱਛੇ ਪੈ ਗਈਆਂ ਨੇ, ਉਹਨਾਂ ਦੇਸ਼ਾਂ 'ਚ ਹੀ ਰਹਿ ਗਈਆਂ ਜਿਹੜੇ ਦੇਸ਼ਾਂ ਦੀਆਂ ਮੰਨੀਆਂ ਜਾਂਦੀਆਂ। ਉਹਨਾਂ ਦੇ ਵਿੱਚ ਕੋਈ ਐਡਵਰਟਾਈਜਮੈਂਟ ਨਹੀਂ, ਨਾ ਇੰਗਲਿਸ਼ ਦੇ ਪੇਪਰ ਵਿੱਚ ਕਿਸੇ ਪੰਡਿਤ ਦੀ ਵੇਖੋਗੇ, ਹੈ ਬਹੁਤ ਘੱਟ, ਪੰਜਾਬੀ ਦੇ ਪੇਪਰ 'ਚ ਬਹੁਤ ਜ਼ਿਆਦਾ। ਕਿਉਂ? ਕਾਰਨ ਸਿੱਧਾ ਜਿਹਾ ਹੈ, ਮੈਂ ਆਪਣਾ ਸੌਦਾ ਉੱਥੇ ਹੀ ਵੇਚਾਂਗਾ, ਉਸ ਬਾਜ਼ਾਰ 'ਚ ਹੀ ਖੜਾਂਗਾ ਜਿੱਥੇ ਮੇਰਾ ਸੌਦਾ ਵਿਕੇਗਾ। ਜਿੱਥੇ ਮੇਰਾ ਸੌਦਾ ਵਿਕਣਾ ਨਹੀਂ, ਉੱਥੇ ਜਾ ਕੇ ਸੌਦਾ ਵੇਚਾਂ ਤੇ ਲੋਕ ਮੈਨੂੰ ਇਹ ਕਹਿਣਗੇ ਨਾ ਵੀ ਮੂਰਖ ਹੈ, ਅਵਲ ਦਰਜੇ ਦਾ। ਜਿਹੜਾ ਮੈਂ ਇਹ ਗੱਲ ਕਹਿਣੀ ਚਾਹੁੰਦਾ, ਆਪਣੇ ਆਪ ਨੂੰ ਕਹਿੰਦਾ ਮੈਂ ਪੰਜਾਬੀ ਹਾਂ, ਜਿਹਦੇ ਬਾਰੇ ਸਾਧ ਸੰਗਤ ਭਾਈ ਪੂਰਨ ਸਿੰਘ ਹੋਰਾਂ ਨੇ ਆਖਿਆ ਸੀ ਬਚਨ ਕੇ, ਜਿਹੜਾ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ, ਜਿਹੜਾ ਕਹਿੰਦਾ ਮੈਂ ਸਿੱਖ ਹਾਂ ਗੁਰੂ ਦਾ, ਉਹੀ ਇਸ ਚੱਕਰ ਵਿੱਚ ਪਿਆ ਹੋਇਆ। ਔਰ ਐਸਾ ਚੱਕਰ ਬੱਕਰ ਉਹਦੇ ਸਿਰ ਤੇ ਚੜਿਆ, ਨਾਲੇ ਤੇ ਮਹਾਰਾਜ ਨੂੰ ਆ ਕੇ ਮੱਥੇ ਟੇਕੀ ਜਾਂਦਾ, ਗੁਰੂ ਗ੍ਰੰਥ ਸਾਹਿਬ ਨੂੰ ਨਾਲ ਨਾਲ ਪੰਡਿਤ ਜੀ ਦੇ ਕੋਲ ਵੀ ਜਾਂਦਾ ਹੈ, ਉੱਥੋਂ ਭਾਅ ਵੀ ਕਰਾਉਂਦਾ ਹੈ। ਔਰ ਸਾਧ ਸੰਗਤ ਇਸ ਚੱਕਰ ਵਿੱਚ ਬਹੁਤ ਜ਼ਿਆਦਾ ਜ਼ਮਾਨਾ ਪਿਆ ਹੋਇਆ, ਔਰ ਫਿਰ ਇਨਸਾਨ ਇੰਨਾ ਗਰਕਿਆ ਹੋਇਆ ਵੀ ਦਰਖਤਾਂ ਦੀ ਪੂਜਾ, ਚੁਰਸਤਿਆਂ ਵਿੱਚ ਟੂਣੇ, ਜਾਦੂ, ਇੱਕ ਦੂਜੇ ਦਾ ਮਾੜਾ ਮੰਗਣਾ, ਇਹ ਬਦੀ ਦੀਆਂ ਨਿਸ਼ਾਨੀਆਂ ਨੇ ਸਾਰੀਆਂ, ਬਦੀ ਦੀ ਪੂਜਾ ਇਹਨੂੰ ਕਹਿੰਦੇ ਨੇ। ਜਿਹੜੀਆਂ ਬਦੀ ਦੀਆਂ ਪੂਜਾ ਨੇ, ਸ਼ਕਤੀਆਂ ਉਹ ਜਿਹਤੇ ਬੜੀਆਂ ਨੇ, ਮੂਲ ਰੂਪ ਵਿੱਚ 10 ਨੇ ਸਾਧ ਸੰਗਤ। ਜਿਹੜੀਆਂ ਇਹ 10 ਸ਼ਕਤੀਆਂ ਨੇ ਬਦੀ ਦੀਆਂ, ਇਹਦੇ ਵਿੱਚ ਜਿਸ ਤਰ੍ਹਾਂ ਨਾਲ ਇੱਕ ਆ ਗਿਆ ਜਿਵੇਂ ਕਾਲੀ ਦੇਵੀ ਦੀ ਪੂਜਾ ਕਰਨੀ, ਤਾਰਾ ਦੇਵੀ ਹੈ, ਭਵਨੇਸ਼ਰੀ ਹੈ, ਸੜੋਸੀ ਹੈ, ਭੈਰਵੀ ਹੈ, ਛਿਨ ਮਸਤ ਹੈ, ਭੂਮਰਵਤੀ ਹੈ, ਤੇ ਸਾਧ ਸੰਗਤ ਮਤੰਗੀ ਹੈ, ਕਮਲਾ ਹੈ, ਬਗਲਾ ਦੇਵੀ ਹੈ, ਇਸ ਤਰ੍ਹਾਂ ਨਾਲ ਇਹ ਵੱਖਰੀਆਂ ਵੱਖਰੀਆਂ ਦੇਵੀਆਂ, ਔਰ ਇਹਨਾਂ ਦੀ ਆਰਾਧਨਾ, ਦੇਵਤਿਆਂ ਦੀ ਵੀ ਆਰਾਧਨਾ। ਆਸਾਮ ਦਾ ਜਿਹੜਾ ਇਲਾਕਾ ਉਹਦੇ ਵਿੱਚ ਕਮੱਖਿਆ ਦੇਵੀ ਨੂੰ ਮੰਨਦੇ ਸਨ, ਅੱਜ ਵੀ ਹੈ, ਉੱਥੇ ਸਾਧ ਸੰਗਤ ਮੰਦਰ ਬਣਿਆ ਹੋਇਆ, ਕਮੱਖਿਆ ਦੇਵੀ ਦਾ ਮੰਦਰ, ਔਰ ਬਕਾਇਦਾ ਉੱਥੇ ਮਨੁੱਖ ਦੀ ਬਲੀ ਦਿੱਤੀ ਜਾਂਦੀ ਸੀ। ਜਦੋਂ ਕਿਸੇ ਮੰਤਰ ਨੂੰ ਸਿੱਧ ਕਰਨਾ ਹੈ ਤੇ ਸਾਧ ਸੰਗਤ ਉਹ ਮੰਤਰ ਨੂੰ ਸਿੱਧ ਕਰਨ ਵਾਸਤੇ ਕਿਸੇ ਮਨੁੱਖ ਦੀ ਬਲੀ ਦੇ ਦਿੰਦੇ ਸਨ, ਮਨੁੱਖ ਨੂੰ ਲਿਆ ਕੇ ਦੇਵੀ ਦੇ ਸਾਹਮਣੇ ਉਹਦਾ ਗਲ ਵੱਢ ਦੇਣਾ। ਦੱਸੋ ਇਹ ਕਿਧਰ ਦਾ ਧਰਮ ਹੈ? ਕਈ ਇਸ ਤਰ੍ਹਾਂ ਦੇ ਮੰਦਰ ਹਨ ਅੱਜ ਵੀ ਭਾਰਤ ਵਿੱਚ ਜਿੱਥੇ ਸ਼ਰਾਬ ਦਾ ਸਾਧ ਸੰਗਤ ਪ੍ਰਸ਼ਾਦ ਚੜ੍ਹਦਾ ਹੈ। ਅਸੀਂ ਤੇ ਇੰਨੇ ਨੀਵੇਂ ਹੋ ਗਏ ਹਾਂ ਗੁਰੂ ਸਾਹਿਬ ਨੂੰ ਛੱਡ ਕੇ, ਕਈ ਪੀਰਾਂ ਦੀਆਂ ਥਾਵਾਂ ਦੇ ਉੱਤੇ ਅੱਜ ਸ਼ਰਾਬ ਚੜ੍ਹਦੀ ਹੈ ਅੱਜ ਦੇ ਦੌਰ 'ਚ।
हालांकि कहा जाता भी सदी वेखो साध संगत इंसान 21वीं 22वीं सदी दे विच जा रहा है, कित्थे चंद्रमा तक पहुंच गया है, पर विचारां करके किन्ना नीवा है। इहदा मतलब यह है भी धर्म की दुनिया च कोई प्रगति नहीं, कोई तरक्की नहीं। बहुत विरले जिन्हां नूं गुरां उत्ते भरोसा बजदा और उह धर्म की कमाई करदे हन, नाम परमेश्वर का जप के भव सागरों पार लंघदे ने। साध संगत इसे तरह नाल अंडरग्राउंड बने हुए अस्थान जिथे गरीब लोग जे कोई आ जाता तो लोड़ पैनते उहदी चुक के बली दे दित्ती जांदी सी। सतगुरु महाराज सच्चे पातशाह जिहां थावां ते गए ने गुरु नानक साहब, बदी की पूजा तो होड़िया रोकिया महाराज ने, समझाया तुसी ये की कर रहे हो। और सच्चे पातशाह महाराज इसे तरह नाल गुरु नानक साहब जी जदों अलमोड़े गए ने, उत्थे साध संगत मरदाना जी काबू आ गए बली दे वास्ते। इतिहास विच उह लिखिया होया बली दित्ती जानी सी बाबा मरदाना जी दी, बली दे वास्ते काबू आ गए। महाराज ने उत्थे एक कला वरताई, उत्थों दा जिहड़ा राजा सी नर बहादुर उहनू ही मारन वास्ते जिहड़ी देवी सी उह भज पई। ए भई तू मेरे कोलों इह की करा रिहा, इक इन्ना वड्डा परमात्मा दा भगत और ਉਹ ਭਗਤ ਪਰਮਾਤਮਾ ਦਾ ਪਿਆਰਾ ਉਹਨੂੰ ਬੰਨਿਆ ਹੋਇਆ ਹੈ, ਬਲੀ ਦੇਣ ਵਾਸਤੇ ਮੈਂ ਕਿੱਥੇ ਜਾ ਕੇ ਲੇਖਾ ਦੇਣਾ। ਉਹ ਸਾਧ ਸੰਗਤ ਬੜਾ ਪ੍ਰਭਾਵਿਤ ਹੋਇਆ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੋਂ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੇਵਕ ਬਣ ਗਿਆ, ਭਗਤ ਬਣ ਗਿਆ। ਵੀ ਇਹ ਤੇ ਸਭ ਤੋਂ ਵੱਡੇ ਨੇ ਸ਼ਕਤੀ ਦੇ ਵਿੱਚ। ਮਹਾਰਾਜ ਗੁਰੂ ਨਾਨਕ ਸਾਹਿਬ ਦਾ ਕੋਈ ਸਾਨੀ ਨਹੀਂ, ਨਾ ਕੋਈ ਹੋਇਆ ਹੈ ਨਾ ਹੋ ਸਕਦਾ। ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਨਿਰਣਾ ਦਿੱਤਾ ਹੈ। ਸਾਹਿਬ ਜੀ ਕਹਿੰਦੇ ਨੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਮੈਨੂੰ ਨਾ ਗਿਆਨ ਦਾ ਪਤਾ ਹੈ, ਨਾ ਕਿਸੇ ਧਿਆਨ ਦਾ ਪਤਾ ਹੈ, ਕੋਈ ਬਹੁਤਾ ਮੈਡੀਟੇਸ਼ਨ ਨਹੀਂ, ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ। ਤੇ ਮਹਾਰਾਜ ਅਸਲ ਵਿੱਚ ਸਮਝਾ ਰਹੇ ਨੇ ਇਹ ਜਾਣਨ ਦੀ ਲੋੜ ਨਹੀਂ, ਬਸ ਆਹ ਗੱਲ ਸਮਝਣ ਦੀ ਲੋੜ ਹੈ ਕਿ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਸਭ ਤੋਂ ਵੱਡਾ ਗੁਰੂ ਨਾਨਕ ਹੈ ਜਿਹਦਾ ਕਰੋੜਾਂ ਬ੍ਰਹਿਮੰਡਾਂ ਦੇ ਵਿੱਚ ਰਾਜ ਹੈ। ਕਰੋੜਾਂ ਬ੍ਰਹਿਮੰਡਾਂ ਦੇ ਵਿੱਚ ਰਾਜ ਦੇ ਮਾਲਕ ਕੋਈ ਨਹੀਂ, ਸੱਚਖੰਡ ਵਿੱਚ ਵੀ ਗੁਰੂ ਨਾਨਕ ਸਾਹਿਬ ਦਾ ਹੀ ਰਾਜ ਹੈ, ਉਹਨਾਂ ਦੇ ਹੱਥ 'ਚ ਹੀ ਹੈ ਸਭ ਕੁਛ। ਔਰ ਸੱਚਖੰਡ ਦੇ ਦਰਵਾਜ਼ੇ ਦੀ ਕੁੰਜੀ ਵੀ ਗੁਰੂ ਸਾਹਿਬ ਦੇ ਹੱਥ 'ਚ ਹੀ ਹੈ। ਸਾਧ ਸੰਗਤ ਇਸ ਕਰਕੇ ਮਹਾਰਾਜ ਨੇ ਬਾਣੀ ਵਿੱਚ ਇਹ ਬਚਨ ਆਖਿਆ ਹੈ ਵੀ ਜਿਹੜੀ ਕੁੰਜੀ ਹੈ, ਕੁੰਜੀ ਦਾ ਮਾਲਕ ਗੁਰੂ ਹੈ। ਗੁਰੂ ਗਰੀਬ ਨਵਾਜ ਬਾਣੀ ਵਿੱਚ ਕਹਿੰਦੇ ਹਨ ਕਿ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ। ਪਰਮਾਤਮਾ ਨਾਲ ਮਿਲਾਉਣ ਦੀ ਸਮਰੱਥਾ ਪਰਮਾਤਮਾ ਦੇ ਸਰਗਣ ਸਰੂਪ ਗੁਰੂ ਦੇ ਵਿੱਚ ਹੀ ਹੈ ਬਸ। ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ, ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਹੋਮੇ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਤੁਰੇ ਪਿਆ ਸੰਜੋਗ। ਸਾਧ ਸੰਗਤ ਇੱਥੇ ਨਾ ਰਿਕਾਰਡ ਕਢਾਇਆ ਗਿਆ, ਮੈਂ ਸੁਣਿਆ ਇਸ ਤਰ੍ਹਾਂ ਰਿਕਾਰਡ ਕਢਾਇਆ ਗਿਆ ਜਾ ਕੇ, ਉਹ ਕਰਨਲ ਲਾਲ ਸਿੰਘ ਨੇ ਕਢਾਇਆ ਸੀ। ਤੇ ਉਹ ਜਿਹੜਾ ਸਾਧ ਸੰਗਤ ਰਿਕਾਰਡ ਸੀ ਉਹਦੇ ਵਿੱਚ ਲੱਭਦੇ ਤੇ ਸਨ ਨਾਨਕ ਮਤੇ ਦਾ ਰਿਕਾਰਡ ਆ, ਤੇ ਗੁਰਦੁਆਰਾ ਸਾਹਿਬ ਅੰਗੀਠਾ ਸਾਹਿਬ ਦਾ ਰਿਕਾਰਡ ਆ। ਪਰ ਉੱਥੇ ਸਾਧ ਸੰਗਤ ਰਿਕਾਰਡ ਨਿਕਲ ਆਇਆ ਅਲਮੋੜੇ ਦਾ, ਅਲਮੋੜੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਗਏ, ਸਾਧ ਸੰਗਤ ਉੱਥੋਂ ਦਾ ਰਿਕਾਰਡ ਨਿਕਲ ਆਇਆ। ਤੇ ਉਹਦੇ ਵਿੱਚ ਲਿਖਿਆ ਹੋਇਆ ਰਿਕਾਰਡ ਦੇ ਵਿੱਚ, ਰਾਜਾ ਇੰਨਾ ਪ੍ਰਭਾਵਿਤ ਹੋਇਆ ਸੀ ਮਹਾਰਾਜ ਤੋਂ, ਰਿਕਾਰਡ ਵਿੱਚ ਬਕਾਇਦਾ ਲਿਖਿਆ ਹੋਇਆ ਵੀ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸਥਾਨ ਹੈ, ਰਾਜੇ ਨੇ ਉਦੋਂ ਇੱਕ ਐਲਾਨ ਕੀਤਾ ਸੀ ਉੱਥੇ 2.5 ਆਨੇ ਦਾ ਆਨੇ ਦੀ ਦੇਗ ਦੇਣੀ ਹੈ ਰੋਜ਼, ਤੇ ਜਿਹੜਾ ਦੂਜੇ ਬੰਨੇ ਦੇਵੀ ਦਾ ਸਥਾਨ ਹੈ, ਦੇਵੀ ਦੇ ਸਥਾਨ ਤੇ 4 ਆਨੇ ਦੀ ਦੇਗ ਦੇਣੀ ਹੈ, 4 ਆਨੇ ਦਾ ਪ੍ਰਸ਼ਾਦ ਚੜਾਉਣਾ ਹੈ। ਜਿਹੜਾ ਗੋਰਖ ਹੈ, ਗੋਰਖ ਸਿੱਧ ਹੋਇਆ ਉਹਦੇ ਸਥਾਨ ਦੇ ਉੱਤੇ 4 ਆਨਿਆਂ ਦਾ ਪ੍ਰਸ਼ਾਦ ਦੇਣਾ ਹੈ। ਔਰ ਇਸੇ ਤਰ੍ਹਾਂ ਨਾਲ ਇੱਕ ਹੋਰ ਮੰਦਰ ਦਾ ਜ਼ਿਕਰ ਆਇਆ ਉਸ ਰਿਕਾਰਡ ਦੇ ਵਿੱਚ, ਉੱਥੇ 8 ਆਨੇ ਦਾ, 8 ਆਨੇ 50 ਪੈਸੇ ਹੁੰਦੇ, 4 ਆਨੇ 25 ਪੈਸੇ ਨੂੰ ਕਹਿੰਦੇ, ਜਿਹਨੂੰ ਕੁਆਟਰ ਕਿਹਾ ਜਾਂਦਾ। ਇਸ ਤਰ੍ਹਾਂ ਨਾਲ ਉਹਨੇ ਇਹ ਆਖਿਆ ਸਾਧ ਸੰਗਤ ਤੇ ਇਹ ਵੇਖ ਲਓ
कि गुरु नानक साहब महाराज का उस समय ढाई रुपये वाहगुरु ढाई आने ढाई आने जे ज्यादा नहीं अज दे टाइम 800 तो लेके 1000 रुपया रोजाना इन्हें प्रसाद चढ़ाना है रोजाना देग वास्ते। इस तरह नेपाल च भी यही हाल सी, गुरु नानक साहब उत्थे भी गए ने। ਇਹ ਸਾਧ ਸੰਗਤ ਜਿਹੜੇ ਬਦੀ ਦੇ ਪੁਜਾਰੀ ਸਨ ਉਹਨਾਂ ਕੋਲ ਗਏ, ਉਹਨਾਂ ਨੂੰ ਜਾ ਕੇ ਮਹਾਰਾਜ ਨੇ ਸਮਝਾਇਆ। ਇਹ ਬਦੀ ਦਾ ਪੁਜਾਰੀ ਹੁੰਦਾ, ਇਹਨੂੰ ਸਾਕ ਤਾਕੀ ਦਾ। ਇਸ ਤਰ੍ਹਾਂ ਨਾਲ ਮਹਾਰਾਜ ਜੀ ਕਹਿ ਰਹੇ ਨੇ ਬਦੀ ਦੇ ਪੁਜਾਰੀ ਨਹੀਂ ਬਣਨਾ, ਕਿਰਤ ਦੇ ਪੁਜਾਰੀ ਨਹੀਂ ਬਣਨਾ, ਕਰਤੇ ਦੀ ਪੂਜਾ ਕਰਨੀ ਹੈ। ਵਾਹਿਗੁਰੂ ਦੀ ਪੂਜਾ ਸਭ ਤੋਂ ਸ੍ਰੇਸ਼ਟ ਹੈ। ਇਹ ਕੀ ਕਰਦਾ ਹੈ ਜਿਹੜਾ ਸਾਕਤ ਬੰਦਾ ਹੁੰਦਾ ਰੱਬ ਨੂੰ ਨਾ ਮੰਨਣ ਵਾਲਾ, ਉਹ ਸਾਧ ਸੰਗਤ ਬਦੀ ਦੀ ਪੂਜਾ ਇਸ ਰੂਪ ਵਿੱਚ ਵੀ ਕਰਦਾ, ਉਹਦਾ ਜਿਹੜਾ ਜੀਵਨ ਉਹਦਾ ਵਿਸ਼ਈ ਹੁੰਦਾ ਹੈ। ਉਹਦੇ ਜੀਵਨ ਵਿੱਚ ਸਾਧ ਸੰਗਤ ਵਿਸ਼ੇ ਵਿਕਾਰ ਪ੍ਰਧਾਨ ਹੁੰਦੇ ਨੇ, ਜਿਸ ਤਰ੍ਹਾਂ ਨਾਲ ਸ਼ਰਾਬ ਪੀਣੀ, ਮੈਥਨ ਕਰਨਾ ਤੇ ਮਾਸ ਖਾਣਾ, ਮੱਛੀ, ਇਹ ਪੰਜ ਮੰਮਿਆਂ ਨੂੰ ਮੰਨਦੇ ਸਾਧ ਸੰਗਤ। ਮੰਮਾ ਜਿਸ ਤਰ੍ਹਾਂ ਨਾਲ ਜਿਵੇਂ ਕੱਕੇ ਮਹਾਰਾਜ ਨੇ ਪੰਜ ਪ੍ਰਧਾਨ ਕੀਤੇ ਨਾ, ਵੀ ਜਿਹੜਾ ਮੇਰਾ ਸਿੱਖ ਹੈ ਉਹ ਪੰਜ ਕੱਕੇ ਪ੍ਰਧਾਨ ਹੋਣ ਉਹਦੀ ਜ਼ਿੰਦਗੀ ਵਿੱਚ, ਜਿਵੇਂ ਕੱਕਾ ਕੇਸ, ਕੱਕਾ ਕੰਘਾ, ਕੱਕਾ ਕੜਾ, ਕੱਕਾ ਕਿਰਪਾਨ, ਇਸ ਤਰ੍ਹਾਂ ਨਾਲ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਸਮਝਾਇਆ, ਪਰ ਇਹਨਾਂ ਦੀ ਜਿਹੜੀ ਥਿਊਰੀ ਹੁੰਦੀ ਹੈ ਨਾ ਸਾਧ ਸੰਗਤ ਸਾਕਤ ਬੰਦਿਆਂ ਦੀ, ਜਿਹੜੇ ਰੱਬ ਨੂੰ ਨਹੀਂ ਮੰਨਦੇ ਬਦੀ ਨੂੰ ਮੰਨਦੇ ਨੇ, ਉਹ ਸਾਧ ਸੰਗਤ ਇਸ ਤਰ੍ਹਾਂ ਕਰਦੇ ਨੇ, ਮੱਛੀ ਖਾਣੀ, ਸ਼ਰਾਬ ਪੀਣੀ, ਮਾਸ ਖਾਣਾ। ਇਹ ਸਾਧ ਸੰਗਤ ਜੇ ਇਹਨਾਂ ਨੂੰ ਆਖੋ ਵੀ ਜੀਵ ਨੂੰ ਨਾ ਮਾਰੋ ਤੇ ਉਲਟਾ ਇਹ ਕਹਿਣਗੇ ਅਸੀਂ ਤੇ ਮੁਕਤ ਕਰ ਰਹੇ ਹਾਂ, ਆਪ ਮੁਕਤ ਨਹੀਂ ਤੇ ਜੀਵਾਂ ਨੂੰ ਮੁਕਤ ਕਰ ਰਹੇ ਨੇ ਮਾਰ ਕੇ। ਦੇਖੋ ਕਿਸ ਤਰ੍ਹਾਂ ਦਾ ਇਨਸਾਫ ਹੋ ਰਿਹਾ, ਕਿਉਂਕਿ ਇਹਨਾਂ ਨੂੰ ਨਾਮ ਰਸ ਦਾ ਨਹੀਂ ਪਤਾ ਹੁੰਦਾ, ਨਾ ਨਾਮ ਰਸ ਇਹਨਾਂ ਨੂੰ ਇਹਨਾਂ ਨਾ ਇਹ ਨਾਮ ਰਸ ਨੂੰ ਮੰਨਦੇ ਨੇ ਤੇ ਨਾ ਇਹਨਾਂ ਨੂੰ ਨਾਮ ਰਸ ਬਾਰੇ ਕੋਈ ਪਤਾ ਹੁੰਦਾ, ਕੋਈ ਜ਼ਰਾ ਵੀ ਗਿਆਨ ਨਹੀਂ ਹੁੰਦਾ। ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਕਹਿੰਦੇ ਇੱਕ ਪਰਮਾਤਮਾ ਦਾ ਨਾਮ, ਬਕਾਇਦਾ ਮਹਾਰਾਜ ਨੇ ਇੱਕ ਸ਼ਬਦ ਕਿਹਾ, ਕੱਲ ਮੈਂ ਇੱਕ ਨਾਮ, ਕਿਰਪਾ ਨਿਧ ਕਿਹਦਾ ਨਾਮ, ਮਹਾਰਾਜ ਕਹਿੰਦੇ ਜਿਹੜਾ ਨਾਮ ਜਪਣਾ ਹੈ ਉਹ ਕੇਵਲ ਤੇ ਕੇਵਲ ਕਿਰਪਾ ਦੇ ਖਜ਼ਾਨੇ ਦਾ ਹੀ ਨਾਮ ਜਗਤ ਵਿੱਚ ਜਪਣਾ ਹੈ ਜੇ ਤੁਸੀਂ ਮੁਕਤ ਹੋਣਾ ਚਾਹੁੰਦੇ ਹੋ। ਹੁਣ ਪਿੱਛੇ ਜਿਹੜੇ ਸਵਾਲ ਕੀਤੇ ਸਨ ਮਹਾਰਾਜ ਨੇ ਉਹ ਇਹ ਕੀਤੇ ਵੀ ਭਗਤੀ ਕਿਸ ਤਰ੍ਹਾਂ ਮਿਲੇ, ਜਮ ਦਾ ਡਰ ਕਿਵੇਂ ਦੂਰ ਹੋਵੇ। ਫਿਰ ਮਹਾਰਾਜ ਨੇ ਆਖਿਆ ਕਿਹੜਾ ਉਹ ਕਰਮ ਹੈ ਜਿਹੜਾ ਕੀਤਾ ਜਾਏ, ਕਿਹੜੀ ਵਿਦਿਆ ਜਿਹਨੂੰ ਪੜ੍ਹਿਆ ਜਾਏ, ਕਿਹੜਾ ਉਹ ਧਰਮ ਹੈ ਜਿਹਨੂੰ ਧਾਰਨ ਕੀਤਾ ਜਾਏ। ਅਖੀਰ ਨੂੰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿਹੜਾ ਉਹ ਨਾਮ ਹੈ ਜਿਹਨੂੰ ਜਪਿਆ ਜਾਏ, ਜਿਹਨੂੰ ਯਾਦ ਕੀਤਾ ਜਾਏ, ਸਿਮਰਿਆ ਜਾਏ ਤਾਂ ਕਿ ਸੰਸਾਰ ਸਾਗਰੋਂ ਪਾਰ ਲੰਘ ਜਾਏ ਜੀਵ। ਮਹਾਰਾਜ ਜੀ ਕਹਿ ਰਹੇ ਨੇ ਕੱਲ ਮੈਂ ਏਕ ਨਾਮ ਕਿਰਪਾ ਨਿਧ, ਇਹ ਪਰਮਾਤਮਾ ਜੋ ਕਿਰਪਾ ਦਾ ਖਜ਼ਾਨਾ, ਉਸੇ ਦਾ ਨਾਮ ਸਭ ਤੋਂ ਸ੍ਰੇਸ਼ਟ ਹੈ, ਇਸ ਕਰਕੇ ਉਹਦਾ ਹੀ ਨਾਮ ਜਪੋ, ਨਾ ਕਿ ਦਰਖਤਾਂ ਨੂੰ ਮੱਥੇ ਟੇਕੋ, ਨਾ ਤੁਸੀਂ ਚੰਦਰਮਾ ਨੂੰ ਮੱਥਾ ਟੇਕੋ, ਨਾ ਸੂਰਜ ਨੂੰ ਦੇਵਤਾ ਮੰਨੋ। ਇਹ ਕਿਰਤ ਹੈ ਵਾਹਿਗੁਰੂ ਦੀ, ਕਿਰਤ ਨੂੰ ਕਿਉਂ ਮੰਨਦੇ ਹੋ, ਕਰਤੇ ਨੂੰ ਮੰਨੋ ਜਿਹਦੇ ਕਰਕੇ ਸਭ ਕੁਝ ਹੋਇਆ ਹੈ। ਸੱਚੇ ਪਾਤਸ਼ਾਹ ਕਲਗੀਧਰ ਮਹਾਰਾਜ ਦਾ ਵੀ ਇਸੇ ਤਰ੍ਹਾਂ ਹੀ ਬਚਨ ਹੈ, ਸਾਹਿਬ ਜੀ ਕਹਿੰਦੇ ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨਾਇਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੌਰ ਮੜੀ ਮੱਠ ਭੂਲ ਨ ਮਾਨੈ। ਮਹਾਰਾਜ ਜੀ ਕਹਿੰਦੇ ਨੇ ਕਬਰਾਂ ਨੂੰ ਨਹੀਂ ਮੰਨਣਾ, ਮੜੀਆਂ ਨੂੰ ਨਹੀਂ ਮੰਨਣਾ, ਮੁਰਦਿਆਂ ਨੂੰ ਜਾ ਕੇ ਮੱਥੇ ਟੇਕੀ ਜਾਣੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਬਚਨ ਆਉਂਦਾ ਹੈ, ਗਰੀਬ ਨਵਾਜ ਸਾਹਿਬ ਜੀ ਕਹਿੰਦੇ ਹਨ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਈ ਲੋਕ ਇਸ ਤਰ੍ਹਾਂ ਦੇ ਹਨ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਕਰੇ ਲਟਕਾਇਓ, ਕਾਹੂ ਲਕਿਓ ਹਰ ਅਵਾਚੀ ਦਿਸ਼ਾ ਮੈਂ। ਕਈ ਦੱਖਣ ਦਿਸ਼ਾ ਵੱਲ ਨੂੰ ਮੱਥੇ ਟੇਕੀ ਜਾ ਰਹੇ ਨੇ ਕਿ ਉਧਰ ਰੱਬ ਦਾ ਘਰ ਹੈ। ਕਾਹੂ ਲਕਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਛਾਹ ਕੁਲ ਸੀਸ ਨਵਾਇਓ। ਪਛਾਹ ਦਾ ਮਤਲਬ ਹੁੰਦਾ ਹੈ ਸਾਧ ਸੰਗਤ ਤਾਂ ਜਿਹੜੀ ਪੱਛਮ ਦਿਸ਼ਾ ਹੈ, ਜਿਹਨੂੰ ਵੈਸਟ ਆਖਿਆ ਜਾਂਦਾ ਹੈ, ਇੱਧਰ ਦਾ ਏਰੀਆ, ਉੱਧਰ ਨੂੰ ਮੱਥਾ ਟੇਕਦੇ ਨੇ ਵੀ ਇੱਧਰ ਰੱਬ ਦਾ ਘਰ ਹੈ। ਇਸ ਤਰ੍ਹਾਂ ਨਾਲ ਮਹਾਰਾਜ ਜੀ ਕਹਿੰਦੇ ਨੇ ਕਈ ਪੱਥਰ ਦੀ ਪੂਜਾ ਕਰਕੇ ਪੱਥਰ ਨੂੰ ਸਿਰ ਤੇ ਰੱਖੀ ਫਿਰਦੇ ਨੇ, ਪੱਥਰ ਨੂੰ ਰੱਬ ਸਮਝਦੇ ਨੇ। ਇਸ ਤਰ੍ਹਾਂ ਸਾਹਿਬ ਜੀ ਕਹਿੰਦੇ ਹਨ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਿਛਾ ਕੋ ਸੀਸ ਨਵਾਇਓ, ਕੋ ਬੁਤਾਨ ਕੋ ਪੂਜਤ ਹੈ ਪਸ਼। ਕਈ ਬੁੱਤਾਂ ਦੀ ਪੂਜਾ ਕਰ ਰਹੇ ਨੇ, ਪੱਥਰ ਦੀ ਪੂਜਾ ਕਰ ਰਹੇ ਨੇ, ਪੱਥਰ ਦੀ ਆਰਾਧਨਾ ਕਰ ਰਹੇ ਨੇ, ਪਸ਼ੂ ਨੇ ਮਹਾਰਾਜ ਕਹਿੰਦੇ,
ਉਹਨਾਂ ਨੂੰ ਕੀ ਤੁਸੀਂ ਮਨੁੱਖ ਆਖੋਗੇ। ਮਹਾਰਾਜ ਜੀ ਕਹਿੰਦੇ ਨੇ ਫਿਰ ਇਸ ਤਰ੍ਹਾਂ ਨਾਨਕ ਪਾਸ਼ਾ ਮਹਾਰਾਜ ਸਾਹਿਬ ਜੀ ਕਹਿੰਦੇ ਪਸ਼ੂ ਕੋ ਬੁਤਾਨ ਕੋ ਪੂਜਤ ਹੈ ਪਸ਼ ਕੋ ਮ੍ਰਿਤਾਨ ਕੋ ਪੂਜਨ ਤਾਇਓ, ਮਰਿਆਂ ਦੀ ਪੂਜਾ ਕਰੀ ਜਾਣੀ, ਜਿਹੜੇ ਸੰਸਾਰ ਤੋਂ ਤੁਰ ਗਏ ਨੇ ਉਹਨਾਂ ਦੀ ਪੂਜਾ ਕੀ ਆ, ਜਿਹੜਾ ਮੜੀਆਂ ਚ ਮੱਥੇ ਟੇਕਣੇ ਹਨ ਸਾਧ ਸੰਗਤ ਤੇ ਮਰਿਆਂ ਦੀ ਪੂਜਾ ਹੈ। ਮਹਾਰਾਜ ਜੀ ਕਹਿੰਦੇ ਨੇ ਇਹ ਵੀ ਪੂਜਾ ਨਹੀਂ ਕਰਨੀ। ਕੋ ਬੁਤਾਨ ਕੋ ਪੂਜਤ ਹੈ ਪਸ਼ ਕੋ ਮ੍ਰਿਤਾਨ ਕੋ ਪੂਜਨ ਤਾਇਓ, ਕੂਰ ਕਿਰਿਆ ਉਰਜੋ ਸਭ ਹੀ ਜਗ, ਇਹ ਝੂਠੀ ਕਿਰਿਆ ਦੇ ਵਿੱਚ ਸਾਰਾ ਸੰਸਾਰ ਲੱਗਾ ਹੋਇਆ ਹੈ। ਕੂਰ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਭਗਵਾਨ ਇੱਕ ਪਰਮਾਤਮਾ, ਇੱਕ ਪ੍ਰਭੂ ਪਰਮੇਸ਼ਰ, ਜਿਹਨੇ ਸਭ ਕੁਝ ਕੀਤਾ ਹੈ, ਜਿਹਨੇ ਸਭ ਕੁਝ ਬਣਾਇਆ, ਜਿਹੜਾ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ, ਜਿਹਦੇ ਕਰਕੇ ਸਭ ਕੁਝ ਹੋਂਦ ਵਿੱਚ ਆਇਆ, ਕੀ ਮਨੁੱਖ, ਕੀ ਦੇਵੀ, ਕੀ ਦੇਵਤੇ, ਕੀ ਔਰਤਾਂ, ਕੀ ਆ ਜੋ ਬਨਸਪਤੀ ਹੈ, ਸਭ ਕੁਝ ਜੋ ਦਿਖਾਈ ਦਿੰਦਾ ਹੈ, ਜਿਹਨੇ ਬਣਾਇਆ ਹੈ ਪਰਮੇਸ਼ਰ, ਉਹਦੀ ਪੂਜਾ ਨਹੀਂ ਕਰਦੇ, ਉਹਦੀ ਕਿਰਤ ਦੀ ਪੂਜਾ ਕਰ ਰਹੇ ਨੇ। ਜੋ ਪਰਮਾਤਮਾ ਨੇ ਬਣਾਇਆ ਹੈ ਉਸੇ ਦੀ ਪੂਜਾ 'ਚ ਲੱਗੇ ਹੋਏ ਨੇ। ਇਸ ਕਰਕੇ ਮਹਾਰਾਜ ਕਹਿੰਦੇ ਝੂਠੀ ਕਿਰਿਆ ਵਿੱਚ ਲੱਗੇ ਹੋਏ, ਕੂਰ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਗਰੀਬ ਨਵਾਜ ਦਾ ਪਾਵਨ ਬਚਨ, ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨਾਇਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੌਰ, ਮੜੀ ਮਠ ਭੂਲ ਨ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨੈ ਏਕ ਪਛਾਨੈ, ਪੂਰਨ ਜੋਤ ਜਗਹਿ ਘਟ ਮੈਂ, ਤਬ ਖਾਲਸ ਤਾਹੇ ਨ ਖਾਲਸ ਜਾਨੈ। ਸਾਧ ਸੰਗਤ ਤੇ ਨਿਸ਼ਾਨੀ ਹੁੰਦੀ ਹੈ, ਜਿਹੜਾ ਸਾਖਤ ਬੰਦਾ ਹੁੰਦਾ ਨਾ, ਜਿਹਨੇ ਸ਼ਰਾਬ ਪੀਣੀ ਹੈ, ਜਿਹਨੇ ਬੁਰੇ ਕਰਮ ਕਰਨੇ, ਉਹਦੇ ਅੰਦਰ ਬੁਰਿਆਈ ਜਿਹੜੀ ਆਪਣੇ ਆਪ ਵਧਣ ਲੱਗ ਪੈਂਦੀ ਹੈ। ਜਿਹੜਾ ਇਨਸਾਨ ਭਲਿਆਈ ਕਰਦਾ ਉਹਦੇ ਅੰਦਰ ਭਲਿਆਈ ਦਾ ਜਨਮ ਹੁੰਦਾ, ਨੇਕੀ ਦਾ ਜਨਮ ਹੁੰਦਾ, ਉਹ ਸਾਰਿਆਂ ਦਾ ਭਲਾ ਹੀ ਚਾਹੁੰਦਾ। ਜਿਹਨੇ ਬੁਰੀ ਦੀ ਬੁਰਿਆਈ ਦੀ ਪੂਜਾ ਕਰਨੀ, ਉਹਦੇ ਅੰਦਰ ਨੇਕੀ ਕਿਸ ਤਰ੍ਹਾਂ ਪਨਪ ਸਕਦੀ ਹੈ? ਉਹਦੇ ਅੰਦਰ ਸਾਧ ਸੰਗਤ ਬੁਰਿਆਈ ਦਾ ਵਾਸ ਹੋ ਜਾਂਦਾ। ਇਸ ਕਰਕੇ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਦੱਸੇ ਨੇ ਬਚਨ ਵੀ, ਜਿਹੜਾ ਸਾਖਤ ਹੁੰਦਾ ਉਹਦੀ ਨਿਸ਼ਾਨੀ ਕੀ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਜਿਹੜਾ ਸਾਖਤ ਬੰਦਾ ਹੈ ਉਹਦੀ ਨਿਸ਼ਾਨੀ ਇਹ ਹੈ, ਜੋ ਭਲਾਈ ਸੋ ਬੁਰਾ ਜਾਣੈ। ਉਹਦੇ ਨਾਲ ਕੋਈ ਭਲਿਆਈ ਦੀ ਗੱਲ ਕਰਕੇ ਵੇਖ ਲਓ, ਉਲਟਾ ਉਹ ਅੱਗੋਂ ਬੁਰਿਆਈ ਦੀ ਗੱਲ ਕਰੇਗਾ, ਭਲਿਆਈ ਨੂੰ ਨਹੀਂ ਜਾਣਦਾ, ਜਾਣ ਨਹੀਂ ਸਕਦਾ, ਰੱਬ ਤੋਂ ਟੁੱਟਾ ਹੋਇਆ। ਇਸ ਤਰ੍ਹਾਂ ਨਾਲ ਮਹਾਰਾਜ ਜੀ ਕਹਿੰਦੇ ਜੋ ਭਲਾਈ ਸੋ ਬੁਰਾ ਜਾਣੈ। ਮਹਾਰਾਜ ਕਹਿੰਦੇ ਸੱਚ ਕਹੇ ਸੂ ਬਿਖੈ ਸਮਾਨੈ, ਉਹਦੇ ਨਾਲ ਸੱਚ ਦੀ ਗੱਲ ਕਰ ਲਓ, ਉਹਨੂੰ ਇਉਂ ਲੱਗਦਾ ਜਿਵੇਂ ਵਿਉਹ ਚੜ ਗਈ ਹੋਵੇ, ਜਿਵੇਂ ਸੱਪ ਡੰਗ ਮਰ ਜਾਏ ਤੇ ਜਿਵੇਂ ਉਹਨੂੰ ਜ਼ਹਿਰ ਚੜਦਾ ਨਾ, ਉਹਨੂੰ ਸੱਚ ਇੰਨਾ ਬੁਰਾ ਲੱਗਦਾ, ਜ਼ਹਿਰ ਦੀ ਤਰ੍ਹਾਂ ਬੁਰਾ ਲੱਗਦਾ। ਰੱਬ ਤੋਂ ਟੁੱਟੇ ਦੀ ਨਿਸ਼ਾਨੀ ਹੁੰਦੀ, ਉਹਨੂੰ ਸੱਚ ਨਹੀਂ ਚੰਗਾ ਲੱਗਦਾ। ਜਿਹੜਾ ਸੱਚ ਨੂੰ ਮੰਨਦਾ ਹੀ ਨਹੀਂ, ਉਹਨੂੰ ਸੱਚ ਚੰਗਾ ਕਿਵੇਂ ਲੱਗੇਗਾ? ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਸੱਚ ਕਹੇ ਸੋ ਬਿਖੈ ਸਮਨ ਹੈ। ਫਿਰ ਕਹਿੰਦੇ ਨੇ ਅੱਗੇ ਬਚਨ, ਜਾਣੇ ਨਾਹੀ ਜੀਤ ਅਰਹਾਰ, ਉਹਨੂੰ ਸਮਝੀ ਨਹੀਂ ਵੀ ਜੀਵਨ ਦੀ ਬਾਜੀ ਕਿਵੇਂ ਜਿੱਤਣੀ ਹੈ, ਤੇ ਬਾਜੀ ਜਿਹੜੀ ਜੀਵਨ ਦੀ ਉਹ ਹਾਰਨੀ ਕਿਵੇਂ ਆ। ਹਾਰ ਰਿਹਾ ਆਪਣੀ ਬਾਜੀ ਜੀਵਨ ਦੀ, ਗਵਾ ਰਿਹਾ ਆਪਣੇ ਹੱਥੋਂ ਮਨੁੱਖਾਂ ਜਨਮ ਦਾ ਬਹੁਤ ਕੀਮਤੀ ਅਵਸਰ। ਮਹਾਰਾਜ ਕਹਿੰਦੇ ਇਹ ਬਲੇਵਾ ਸਾਕਤ ਸੰਸਾਰ, ਇਹ ਸਾਕਤ ਦੀ ਨਿਸ਼ਾਨੀ। ਸਤਿਗੁਰੂ ਕਹਿੰਦੇ ਸਾਕਤ ਜਿਹੜਾ ਬਦੀ ਦਾ ਪੁਜਾਰੀ ਹੁੰਦਾ, ਜਿਹੜਾ ਸ਼ਕਤੀ ਦੀ ਪੂਜਾ ਕਰਦਾ ਤੇ ਬਦੀ ਦੀ ਸ਼ਕਤੀ ਨੂੰ ਬੰਨਣ ਵਾਲਾ, ਇਹ ਹੈ ਸੰਸਾਰ ਦੇ ਵਿੱਚ ਸਾਕਤ ਦਾ ਵਲੇਵਾ। ਵਲੇਵਾ ਕੀ ਦਾ ਵਰਤੋਂ ਨੂੰ, ਵਿਵਹਾਰ ਨੂੰ, ਉਹਦੇ ਕਰਮਾਂ ਨੂੰ, ਇਹ ਨਿਸ਼ਾਨੀ ਹੈ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਕਹਿੰਦੇ ਜੋ ਹਲਾਹਲ ਸੋ ਪੀਵੈ ਬੌਰਾ। ਹਲਾਹਲਾ ਕੀ ਦਾ ਜ਼ਹਿਰ ਨੂੰ, ਬੌਰਾ ਪਾਗਲ, ਪਾਗਲ ਜ਼ਹਿਰ ਪੀਂਦਾ ਹੈ। ਮਹਾਰਾਜ ਕਹਿੰਦੇ ਨੇ ਅੰਮ੍ਰਿਤ ਜਾਣੇ, ਅੰਮ੍ਰਿਤ ਨਾਮ ਜਾਣੇ ਕਰ ਕੌੜਾ। ਪਰਮਾਤਮਾ ਦਾ ਜਿਹੜਾ ਅੰਮ੍ਰਿਤ ਨਾਮ ਮਿੱਠਾ ਹੈ, ਉਹਨੂੰ ਕੌੜਾ ਸਮਝਦਾ ਹੈ। ਸਾਧ ਸੰਗਤ ਕਹਿ ਨੇਰ ਨਾ ਆਵੇ, ਜੇ ਉਹਨੂੰ ਆਖੋ ਸਾਧ ਸੰਗਤ ਦੀ ਗੱਲ, ਸਾਧ ਸੰਗਤ ਨੂੰ ਤੇ ਉਹ ਗਾਲਾਂ ਕੱਢਦਾ ਹੈ। ਸਾਧੂਆਂ ਨੂੰ, ਨਾਮ ਜਪਣ ਵਾਲਿਆਂ ਨੂੰ ਗਾਲਾਂ ਕੱਢਦਾ, ਉਲਟਾ ਬੁਰਾ ਬੋਲਦਾ। ਸਾਧੂ ਕੌਣ ਹੁੰਦਾ ਹੈ, ਸੰਤ ਕੌਣ ਹੁੰਦਾ ਹੈ? ਰੱਬ ਦੇ ਰਾਹ ਉੱਤੇ ਤੁਰਨ ਵਾਲੇ ਨੂੰ ਨਹੀਂ ਮੰਨਦਾ ਉਹ, ਉਹਨੂੰ ਇਸ ਗੱਲ ਦੀ ਸੋਝ ਹੀ ਨਹੀਂ। ਸਾਧ ਸੰਗਤ ਕਹਿ, ਸਾਧ ਸੰਗ ਕਹਿ ਨੇਰ ਨਾ ਆਵੇ। ਸਾਹਿਬ ਕਹਿੰਦੇ ਨੇ 84 ਪਰਮਤਾ ਫੇਰ, ਸਾਧ ਸੰਗ ਕਹਿ ਨਾਹੀ ਨੇਰ, 84 ਪਰਮਤਾ ਫੇਰ। ਫਿਰ ਉਹਨੇ 84 ਲੱਖ ਜੂਨ ਦੇ ਵਿੱਚ ਹੀ ਪਾਉਣਾ, ਬਸ ਇਸ ਚੱਕਰ ਕੱਟੀ ਜਾਂਦਾ ਰਹਿੰਦਾ।
इस तरह महाराज जी कह रहे ने एक परमेश्वर का नाम जपना चाहिए जिहड़ा सब तो श्रेष्ठ है, सब तो श्रेष्ठ है परमात्मा का नाम, जिन्हों जपण दे नाल जाहे जपे गत पावे, जिन्हों जपिए ते गति पा लईदी है, मुक्त हो जाईदा है, उच्ची आत्मक अवस्था मिल जाती है, जिथे आनंद ही आनंद है, सुरूर ही सुरूर है। और धर्म जाके सम नाहिन ए बिद बेद बतावे, सतगुरु जी कहिंदे ने इस तो श्रेष्ठ कोई धर्म नहीं है। सब तो श्रेष्ठ दुनिया विच धर्म केड़ा है, इस तो श्रेष्ठ कोई धर्म नहीं नाम जपण तो बिना। जिवें महाराज कहिंदे सर्व धर्म मैं श्रेष्ठ धर्म, हर को नाम जप निर्मल कर्म, परमात्मा का नाम जपना ही सब तो श्रेष्ठ धर्मी बनना है, ते सब तो श्रेष्ठ कर्मशील बनना, कर्मशील योगी बनना, यह भी परमात्मा का नाम जपना ही है। दुनिया विच कोई ऐसा कर्म नहीं जेड़ा नाम जपण दे तुल श्रेष्ठ होवे। इस तरह सतगुरु जी कहिंदे ने इहदे बराबर कोई धर्म नहीं है दुनिया च, परमात्मा का नाम जपना सब तो श्रेष्ठ धर्म है। और धर्म जाके सम नाहिना एह बिद बेद बतावे, महाराज कहिंदे जिहड़ी विधि है यह जिहड़ा कर्म है यह जो तरीका है इहदे वेद भी दसदे ने, वेद भी कहिंदे ने यही जुगती है। वेद जिहड़े ने साध संगत चार वेद, चार वेद भी यह कहिंदे ने कि परमात्मा का नाम ही श्रेष्ठ है, नाम तो बिना कुछ श्रेष्ठ नहीं है। सुख दुख रहत सदा निर्लेपी, तीसरा ते अखीरला पद है। महाराज जी कहिंदे जो परमात्मा है ना वह निर्लेप है दुख ते सुख तो। निर्लेप जिहड़ा शब्द है उहदा साध संगत जी मतलब हुंदा है परां, दुख ते सुख तो रहत। जिहड़ा परमात्मा है वह निर्लेप है, ਉਹ ਪਾਸੇ ਹੈ, ਅਲੱਗ ਹੈ, ਹੈ ਵੀ ਵਿੱਚ ਤੇ ਹੈ ਵੀ ਪਰਾਂ, ਦੋਵੇਂ ਗੱਲਾਂ ਇਹਨੂੰ ਆਖੀਦਾ ਨਿਰਲੇਪ। ਮਹਾਰਾਜ ਜੀ ਕਹਿੰਦੇ ਨੇ ਜਾ ਕੋ ਕਹਿਤ ਗੁਸਾਈ, ਗੁਸਾਈ ਦਾ ਮਤਲਬ ਮਾਲਕ, ਜਿਹਨੂੰ ਗੁਸਾਈ ਆਖੀਦਾ ਹੈ, ਜਿਹਨੂੰ ਮਾਲਕ ਆਖੀਦਾ ਹੈ, ਉਹ ਜੋ ਪਰਮਾਤਮਾ ਹੈ ਉਹ ਦੁੱਖ ਤੇ ਸੁੱਖ ਤੋਂ ਰਹਿਤ ਹੈ, ਵੱਖਰਾ ਹੈ, ਪਰਾਂ ਹੈ, ਅਲੱਗ ਹੈ। ਜਿਹੜਾ ਧਰਤੀ ਦਾ ਖਸਮ ਹੈ ਪਰਮਾਤਮਾ, ਜਿਹਨੇ ਸਭ ਕੁਝ ਰਚਿਆ, ਜਿਹਨੇ ਸਭ ਕੁਝ ਬਣਾਇਆ ਹੈ, ਉਹ ਸੁੱਖ ਤੇ ਦੁੱਖ ਜਿਵੇਂ ਸਾਰੇ ਜੀਵ ਹਨ, ਸਾਰਿਆਂ ਵਿੱਚ ਪਰਮਾਤਮਾ ਬੈਠਾ ਹੈ, ਪਰ ਪਰਮਾਤਮਾ ਜਿਹੜਾ ਹੈ ਉਹ ਦੁਖੀ ਨਹੀਂ ਹੁੰਦਾ। ਕੋਈ ਜੀਵ ਦੁਖੀ ਹੈ ਇਹਦਾ ਮਤਲਬ ਇਹ ਨਹੀਂ ਵੀ ਰੱਬ ਦੁਖੀ ਹੋ ਗਿਆ। ਕੋਈ ਜੀਵ ਹੈ ਪਰਮਾਤਮਾ ਉਹਦੇ ਚ ਬੈਠਾ ਹੈ, ਉਹ ਖੁਸ਼ ਹੋ ਰਿਹਾ, ਹੱਸ ਰਿਹਾ ਖੜਖੜਾ ਕੇ, ਇਹਦਾ ਮਤਲਬ ਇਹ ਨਹੀਂ ਕਰਾਂਗੇ ਕਿ ਪਰਮਾਤਮਾ ਖੁਸ਼ ਹੋ ਰਿਹਾ। ਇਸ ਤਰ੍ਹਾਂ ਨਾਲ ਸਤਿਗੁਰੂ ਕਹਿੰਦੇ ਹੈ ਸਾਰਿਆਂ ਵਿੱਚ ਪਰਮਾਤਮਾ, ਪਰ ਹੈ ਨਿਰਲੇਪ, ਸਭ ਤੋਂ ਵੱਖਰਾ ਹੈ। ਫਿਰ ਮਹਾਰਾਜ ਨੇ ਇਹ ਜਿਹੜੀ ਘੁੰਡੀ ਹੈ ਨਾ, ਇਹ ਜਿਹੜੀ ਬੁਝਾਰਤ, ਇਹਨੂੰ ਅੱਗੇ ਬੜਾ ਖੋਲ ਕੇ ਪੇਸ਼ ਕੀਤਾ, ਇੱਕੋ ਪੰਗਤੀ ਵਿੱਚ ਹੀ ਸਮਝਾ ਦਿੱਤਾ। ਸਤਿਗੁਰੂ ਜੀ ਕਹਿੰਦੇ ਜਿਹੜਾ ਗੁਸਾਈ ਹੈ ਸਾਰਿਆਂ ਦਾ, ਅਖੀਰਲੀ ਪੰਗਤੀ ਹੈ, ਉਹਦੇ ਵਿੱਚ ਸੱਚੇ ਪਾਤਸ਼ਾਹ ਨੇ ਸਮਝਾਇਆ ਹੈ ਸਾਰਿਆਂ ਵਿੱਚ ਪਰਮਾਤਮਾ, ਤੇ ਸੁੱਖ ਤੇ ਦੁੱਖ ਤੋਂ, ਖੁਸ਼ੀ ਤੇ ਗਮੀ ਤੋਂ, ਜਨਮ ਤੇ ਮੌਤ ਤੋਂ ਰਹਿਤ ਕਿਵੇਂ ਹੈ, ਵੱਖਰਾ ਕਿਸ ਤਰ੍ਹਾਂ ਹੈ ਸਾਰਿਆਂ 'ਚ ਬੈਠ ਕੇ, ਫਿਰ ਕਿਵੇਂ ਵੱਖ ਹੋ ਗਿਆ। ਕਿਉਂਕਿ ਜਦੋਂ ਕਿਸੇ ਵਿੱਚ ਕਿਸੇ ਦਾ ਵੱਸ ਹੈ, ਇੱਥੋਂ ਤੱਕ ਈਵਨ ਇਹ ਵਿਗਿਆਨ ਵੀ ਗੱਲ ਮੰਨਦੀ ਹੈ ਵੀ ਕਿਸੇ ਨੂੰ ਕਿਸੇ ਨਾਲ ਪਿਆਰ ਹੈ, ਮੁਹੱਬਤ ਹੈ, ਉਹਦੇ ਦੁਖੀ ਹੋਣ ਕਰਕੇ ਉਹ ਦੁਖੀ ਹੋ ਜਾਏਗਾ ਭਾਵੇਂ ਉਹਦੇ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਬੈਠਾ ਹੋਵੇ। ਮਨੋਵਿਗਿਆਨ ਇਹ ਗੱਲ ਮੰਨਦੇ ਨੇ। ਜੇ ਕਿਸੇ ਨੂੰ ਕਿਸੇ ਨਾਲ ਨਫ਼ਰਤ ਹੈ ਤੇ ਸਾਧ ਸੰਗਤ, ਉਹ ਨਫ਼ਰਤ ਜਿਹੜੀ ਹੈ ਉਹ ਨਫ਼ਰਤ ਦਾ ਵੀ ਏਡਾ ਵੱਡਾ ਦਾਇਰਾ ਹੁੰਦਾ ਹੈ, ਤਰੰਗਾਂ ਇਹਦੀਆਂ ਏਡੀਆਂ ਜ਼ਬਰਦਸਤ ਨੇ ਵੀ ਕਿਸੇ ਪ੍ਰਥਾਏ ਆਪਾਂ ਨਫ਼ਰਤ ਭਰੀ ਵਿਚਾਰ ਮਨ ਵਿੱਚ ਸੋਚੀਏ ਤੇ ਸਾਇੰਟਿਫਿਕ ਗੱਲ ਹੈ, ਉਹ ਕਹਿੰਦੇ ਨੇ ਵੀ ਉਹ ਨਫ਼ਰਤ ਦੀਆਂ ਤਰੰਗਾਂ ਜਿਹਦੇ ਬਾਰੇ ਨਫ਼ਰਤ ਆਈ ਹੈ ਮਨ ਵਿੱਚ, ਜਿਹਦੇ ਬਾਰੇ ਮਨ ਵਿੱਚ ਗੁੱਸੇ ਭਰੀ ਵਿਚਾਰ ਆਈ ਹੈ, ਉੱਥੇ ਜਾ ਕੇ ਦੂਣੀ ਨਫ਼ਰਤ ਕਰਕੇ ਉਹ ਤਰੰਗਾਂ ਫਿਰ ਵਾਪਸ ਮੁੜ ਆਉਂਦੀਆਂ ਨੇ। ਜਿਸ ਤਰ੍ਹਾਂ ਨਾਲ ਆ ਰੇਡੀਓ ਜਾਂ ਟੈਲੀਵਿਜ਼ਨ ਜਾਂ ਜਿਵੇਂ ਇੰਟਰਨੈੱਟ ਦੀਆਂ ਤਰੰਗਾਂ ਹੁੰਦੀਆਂ, ਇਸ ਤਰ੍ਹਾਂ ਵੀ ਦੌੜਦੀਆਂ ਤਰੰਗਾਂ ਬੜੀ ਤੇਜ਼ੀ ਨਾਲ। ਪਰਮਾਤਮਾ ਜਿਹੜਾ ਉਹ ਸਾਰਿਆਂ ਦੇ ਵਿੱਚ ਰਹਿ ਕੇ ਫਿਰ ਨਿਰਲੇਪ ਕਿਵੇਂ ਹੈ? ਮਹਾਰਾਜ ਕਹਿੰਦੇ ਸੋ ਤੁਮ ਹੀ ਮੈਂ ਬਸੇ ਨਿਰੰਤਰ ਨਾਨਕ ਦਰਪਣ ਨਿਆਈ, ਤੇਰੇ ਵਿੱਚ ਵੀ ਉਹ ਪਰਮਾਤਮਾ ਬੈਠਾ ਹੈ, ਹਰ ਇੱਕ ਜੀਵ ਦੇ ਅੰਦਰ ਹੈ, ਚਾਹੇ ਉਹ ਮਾੜੇ ਤੋਂ ਮਾੜਾ ਹੈ ਚਾਹੇ ਚੰਗੇ ਤੋਂ ਚੰਗਾ, ਹਰ ਇੱਕ ਵਿੱਚ ਪਰਮਾਤਮਾ ਦਾ ਵੱਸ ਹੈ। ਪਰ ਉਹ ਜਿਹੜਾ ਵੱਸ ਹੈ ਪਰਮਾਤਮਾ ਦਾ ਨਿਰੰਤਰ ਹੈ, ਇਹ ਨਹੀਂ ਵੀ ਕਦੇ ਹੈ ਤੇ ਕਦੇ ਨਹੀਂ। ਨਿਰੰਤਰ ਦਾ ਮਤਲਬ ਹੈ ਸਦਾ, ਇੱਕ ਰਸ, ਹਮੇਸ਼ਾ ਵੱਸ ਹੈ ਸਾਰਿਆਂ ਚ। ਜਦੋਂ ਜੀਵ
संसार चा गया उहदे विच परमात्मा दा वासा है, जदों उह तुर गया उदों तक उह बणिया रहना हर जीव दे विच है। ते किस तरह है वासा, महाराज कहिंदे उह दुख सुख तों रहत किस तरह है। महाराज ने केवल तीन अखर वरते ने, तिना अखरां दे विच ही दस्सिया है, नानक दर्पण न्याई। महाराज कहिंदे ने हे नानक इस तरह जिवें दर्पण दे दर्पण दी तरह, न्याई दा मतलब दर्पण वांगू, उहनां दर्पण दी तरह शीशा जिहड़ा हुंदा है ना उहदे विच अक्ष दिसदा है, परछाई दिसदी है वेखण वाले दी। इस तरह नाल महाराज सच्चे पातशाह जी ने यह जिहड़ा वचन है ना इहनूं एक होर जगह पेश कीता बाणी विच गुरु तेग बहादुर महाराज ने। गरीब नवाज दा एक वचन आउंदा तनासरी राग च, साहब जी कहिंदे हन काहे रे बन खोजन जाई, सर्ब निवासी सदा अलेपा तोही संग समाई। जंगल च लभण दी लोड़ नहीं परमात्मा नूं, बणा विच लभण ना जा, ओ परमात्मा तेरे अंदर बैठा है, सारियां विच बैठा है, बह के विच सारियां तों अलेप है, वखरा है। महाराज जी कहिंदे ने सर्ब निवासी सारियां विच है। हुण बाणी नूं पढ़िए विचार नाल, वेखो किड्डा वड्डा लाभ है, थोड़ी जी विचार करिए ते इन्ना वड्डा लाभ है, एक एक गल समझ च पैंदी। सर्ब निवासी दा मतलब सारियां विच वासा है, गुरु तेग बहादुर साहिब कहिंदे सदा अलेपा, सारियां विच वासा सारियां तों वख। सर्ब निवासी सदा अलेपा तोही संग समाई, तेरे विच वी ओह परमात्मा है। महाराज जी ओह दिखाई दे दिंदा नहीं, फिर अगे सतगुरु कहिंदे दिखाई किवें दवे, ओहदा वासा इस तरह है, पोह पमद ज्यो बास बसता है, मुकर माहे जैसे शाई। सतगुरु कहिंदे जिवें पोह पाखी दा फुल नूं, सतगुरु जी कहिंदे जिवें फुल दे विच सुगंधी दा वासा है, जिस तरह नाल दर्पण दे विच शीशे दे विच परछाई है। मुकर माने आ जिहड़ा शीशा हुंदा है, जिवें शीशे दे विच परछाई दिखदी है, वेखण वाले दा अक्ष दिखाई दिंदा, जिस तरह नाल फुल दे विच सुगंधी। दो उदाहरणां महाराज ने दित्तियां इस शब्द विच। इस तरह परमात्मा दा वासा है, क्योंकि जे आपां आखीए भी मेरे वर्गा एक होर शीशे विच दिखाई दे रहा है, शीशे नूं तोड़ांगे विचों ते कुछ नहीं निकलना, क्योंकि उहदे विच अक्ष दिखाई दे रहा ना। रही गल फुल दी, फुल नूं आपां आखीए भी तोड़ के विचों सुगंधी कढ़नी नहीं निकलनी। साध संगत जे फुल दे विचों सुगंधी कोई लभण लग पवे, साइंटिस्ट जिहड़ा साइंस है उह साइंटिस्ट किन्ना भी जोर ला लवे, सुगंधी जिहड़ी है उहनूं नहीं लभणी भी कित्थे सुगंधी रहिंदी है, क्योंकि पंखड़ी विच सुगंधी है, सारे फुल दे विच सुगंधी है, विच रमी होई है, जदों फुल सुक जांदा फिर कित्थे जांदी है, उह साध संगत सुगंधी विचों निकल गई। इस तरह महाराज जी कहिंदे सारिआं विच परमात्मा दा वासा, फुल दी सुगंधी दी तरह, क्योंकि साइंस यह कहती है ना भी बंदे की असी चीर फाड़ करके देख लई है अंदरों चंगी तरह, इनू चंगी तरह इनू जदों चीरिया विचों लब्भे इहदे फेफड़े, इहदे अंदर दे जिहड़े आर्गन ने, जिस तरह नाल अंतड़ियां हन, फेफड़े हन, दिल है, और जिहड़ियां नाड़ां हन, सारा कुछ इहदे असी मनदे है इंसान दे अंदर, रब दे किते नहीं, रब नहीं मिलना इस तरह चीर फाड़ कीतिआं रब अंदर बैठा होया नहीं लभणा। महाराज जी कहिंदे उह इस तरह बैठा है जिवें फुल दे विच सुगंधी है, जिवें दर्पण दे विच परछाई है, इस तरह है। गरीब नवाज दा वचन महाराज कहिंदे पोप मद ज्यों बास बसता है, मुकर माही जैसे शाई, तैसे ही हर बसे निरंतर। इस तरह बैठा निरंतर सारियां विच इक रस, तैसे ही हर बसे निरंतर, कट ही खोजो भाई अपने अंदरों लभो नूं। गरीब नवाज सच्चे पातशाह जी फिर अगों लभण दा तरीका दसदे ने, बाहर भीतर एको जानो ए गुर ज्ञान बताई। ए जिहड़ा ज्ञान है ना किताबां चों नहीं लभणा, बाहरों जिन्ना मर्जी विज्ञानियां नूं पढ़ी जाओ, आलम फाजलां नूं पढ़ो, चाहे किन्ने वड्डे तों वड्डे ग्रंथ पढ़ लो, ए ज्ञान नहीं लभणा कितों भी। गुरां दे कोलों ज्ञान मिलना, बाणी दी आराधना कीतियां, नाम जपियां, अंतरात्मे ज्ञान प्रगट होना, जिहनूं ब्रह्म ज्ञान आखीदा, जिहड़ा ब्रह्म बेता हो जांदा उहनूं फिर सारियां विच वाहिगुरु दी जोत दिखाई दिंदी है। और महाराज ने बाणी चाख्या बकायदा कि घट घट मैं हर जू बसै, दिखाई दे रहा सच्चे पातशाह नूं, क्योंकि ये कथनी नहीं केवल, ये झूठ नहीं है, कोई दुनियावी कविता नहीं जो सच्चे पातशाह ने आखी है। इस तरह महाराज साहब जी कहिंदे बाहर भीतर एको जानो ए गुर ज्ञान बताई। फिर सतगुरु कहिंदे जन नानक बिन आपा चीने, मिटे न भ्रम की काई।
आपा जीने तो बिना अपना अपना मंथन करो, अपने आप नू रिड़को, और रिड़किया जाना शब्द दे नाल, शब्द की आराधना करे तो बिना किसी की भरम दी काई नहीं मिटदी। भरम संसे नू आखीद, शक नू आखीद, भरम भरम का मतलब होंदा दुबदा। वक्त हो गया, समाप्ति करता। गुरु अमरदास सच्चे पातशाह ने यह आपां नू दस्या, जदों सतगुरु कहिंदे ना सच्चे पातशाह जी का बचन है सहसे जियो मलीण, सहसे का मतलब भरम है, शक। जदों तक इंसान के अंदर शक है परमात्मा दे लई दुबदा है, भी पता नहीं है कि नहीं है, नाम जपांगा उहदा फल मिलना कि नहीं मिलना, मेरी अरदास सुनदा है कि नहीं सुनदा पता नहीं, इहनू दुबदा आखीदा। दो भागां विच वंडिया होया बंदा, शक भी है श्रद्धा भी है। इस तरह महाराज जी कहिंदे ने सहस है जियो मलीण है, उहदा मतलब अंदर मैला है अजे पापां करके, तां इह शक बणिया होया। सहस है जियो मलीण है कित संजम धोता जाए, इह मन किवें धुपे, अंदर उजल हो जाए, वाहिगुरु अंदर बैठा दिखाई दे जाए। सहस है जियो मलीण है कित संजम धोता जाए, मन धोवो शब्द लागो, हर स्यों रहो चित लाए, मन धुपेगा गुरां दे शब्द दा जाप करके। सो महाराज गुरु तेग बहादुर सच्चे पातशाह ने यह रहमतां कीतियां हन, अज सानू समझाया है कि केवल जन्म मरण तो रहत होण वास्ते ते परमात्मा दी भगती पाउण वास्ते जिहड़ा जतन है वह है परमात्मा दा नाम जपना। इस तों बिना जिहड़े जतन ने वह इंसान दे निरार्थक होणगे जतन। सब तों श्रेष्ठ जतन है परमात्मा दा नाम जपे। साहिब सच्चे पातशाह जी दे पावन बख्शे हुए विचार जो दरगाही पवित्र बचन हन साडे हिरदियां च वसण, यही अरदास करदियां भुल चुक लई दोवें हथ जोड़ खिमा दा जा चुका। वाहिगुरु जी का खालसा, वाहिगुरु जी की फतेह।